اعوذ باللہ من الشیطان الرجیم بسم اللہ الرحمن الرحیم الحمدللہ الحمدللہ اسی اج مشق نمبر 7 سبق نمبر ساڈا 61 ہے مشق ہے عین الفا عین بے اب کہ عین دے نال الف کیدان لگاونا عین نال بے کیدان لگاونی ہے یہ اسی اج شروع کران گے ਉਹਦੇ ਨਾਲ ਨਾਲ ਮੈਂ ਇੱਕ ਮਜ਼ੀਦ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਅਸੀਂ ਇੱਕ ਕਿਤਾਬ ਬਣਾਈ ਸੀ ਜਿਹੜੀ ਕਿ ਅਰਸਾ ਦਰਾਜ 5 ਸਾਲ ਤੋਂ ਸਾਡੀ ਚੱਲ ਰਹੀ ਸੀ ਹੁਣ ਅਸੀਂ ਇੱਕ ਕਿਤਾਬ ਨਵੀਂ ਬਣਾ ਰਹੇ ਹਾਂ ਜਿਹੜੀ ਕਿ ਉਹਦੇ ਵਿੱਚ ਇੰਗਲਿਸ਼ ਵੀ ਹੈ ਔਰ ਉਰਦੂ ਵੀ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੂਰੇ ਪਾਕਿਸਤਾਨ 'ਚ ਜਿਹੜੇ ਨਾ ਬੁੱਕ ਡਿਪੂ ਵਗੈਰਾ ਸਟੇਸ਼ਨਰ ਦੁਕਾਨਾਂ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਅਤੇ ਉਹ ਅਸੀਂ ਕਾਫੀ ਦੋਸਤਾਂ ਨਾਲ ਰਾਬਤੇ ਕੀਤੇ ਨੇ ਕੁਝ ਦੋਸਤਾਂ ਦੇ ਸਾਡੇ ਤੱਕ ਐਡਰੈਸ ਪਹੁੰਚ ਗਏ ਨੇ ਕੁਝ ਰਹਿੰਦੇ ਨੇ ਮਜ਼ੀਦ ਜਿਹੜੇ ਲੋਕ ਵੀਡੀਓ ਸਾਡੀ ਦੇਖ ਰਹੇ ਨੇ ਉਹ ਤੋਂ ਕੋਈ ਫਾਇਦਾ ਲੈ ਰਹੇ ਨੇ ਉਹਨਾਂ ਦੇ ਇਲਾਕੇ ਦੇ ਵਿੱਚ ਅਗਰ ਕੋਈ ਅੱਛਾ ਬੁੱਕ ਡਿਪੂ ਸਟੇਸ਼ਨਰ ਜਿਹਦਾ ਆਰਟ ਦੇ ਮੁਤਾਬਕ ਸਮਾਨ ਵਗੈਰਾ ਹੋਵੇ ਉਹ ਸਾਡੇ ਨਾਲ ਰਾਬਤਾ ਕਰਕੇ ਸਾਨੂੰ ਆਪਣਾ ਦੁਕਾਨ ਦਾ ਨਾਮ ਐਡਰੈਸ ਫੋਨ ਨੰਬਰ ਭੇਜੇ ਅਸੀਂ ਉਸ ਕਿਤਾਬ ਦੇ ਵਿੱਚ ਲਗਾ ਦਈਏ ਤਾਂ ਕਿ ਉਹ ਕਿਤਾਬ ਉੱਥੋਂ ਮੁਹੱਈਆ ਹੋਵੇ ਉਹਨਾਂ ਨੂੰ ਮਿਲ ਸਕੇ ਔਰ ਸਾਡੀ ਕੋਸ਼ਿਸ਼ ਹੋਏਗੀ ਅਸੀਂ ਉਹਨਾਂ ਤੱਕ ਕਿਤਾਬ ਜਿਹੜੀ ਨਾ ਪਹੁੰਚਾਵਾਂਗੇ ਇਨਸ਼ਾਅੱਲਾ ਰਹਿਮਾਨ ਰਹੀਮ ਅੱਜ ਸਾਡੀ ਮਸ਼ਕ ਹੈ ਮਸ਼ਕ ਨੰਬਰ 7 ਸਬਕ ਨੰਬਰ 63 ਸਬਕ ਹੈ ਸਾਡਾ ਆਇਨ ਰੇ ਆਰ ਇਹ ਨੁਕਤਾ ਵਾ ਇਹ ਨੁਕਤੇ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਇੱਧਰ ਲੈ ਕੇ ਜਾਣਾ ਹੁੰਦਾ ਫਿਰ ਵਾਪਸੀ 'ਤੇ ਇਹ ਚੀਜ਼ ਬਣੇਗੀ ਇਹ ਕੋਨਾ ਇਸਤੇਮਾਲ ਹੋਏਗਾ ਐਸੀ ਜੀ ਆਇਨ ਦੇ ਹਰ ਅਸੀਂ ਹੁਣ ਇਹਦੇ ਨਾਲ ਦੂਸਰਾ ਹਰਫ ਜਿਹੜਾ ਹੋਏਗਾ ਉਹ ਲਿਖਾਂਗੇ ਆਇਨ ਸੀਨ ਅਸ ਪੈਨਸਲ ਆਮ ਹੈ ਮਗਰ ਇਹਨੂੰ ਨਾ ਟੱਕ ਲਗਾ ਲਈਦਾ ਵਾ ਤਰਾਸ਼ ਕੇ ਥੋੜ੍ਹਾ ਜਿਹਾ ਤਾਂ ਕਿ ਲਫਜ਼ ਜਿਹੜੇ ਆ ਨਾ ਤੁਸੀਂ ਮਾਰਕਰ ਦੀ ਤਰ੍ਹਾਂ ਬਣਨੇ ਜਿਹਨਾਂ ਨੇ ਐਸੇ ਜੀ ਸਾਡਾ ਅੱਜ ਦਾ ਸਬਕ ਆਇਨ ਸੀਨ ਅਸ ਪ੍ਰੀਟੀ ਲਾਈਸ ਲੁੱਕ ਮੀ ਇਨ ਦ ਫੇਸ ਟੈਲ ਮੀ ਦੈਟ ਯੂ ਲਵ ਮੀ ਇਵਨ ਇਫ